ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਤੀਸ਼ ਸਰਪੰਚ ਪਿੰਡ ਸੱਤ ਨਿਵਾਸ ਕਬੱਡੀ ਨਾਲ ਜੁੜਿਆ ਹੋਇਆ ਇੱਕ ਇਨਸਾਨ ਹਾਂ ਬਾਈ ਜੀ ਆਪਾਂ ਨੇ ਇੱਕ ਪੇਜ ਬਣਾਇਆ ਕਬੱਡੀ ਦੀਆਂ ਖਰੀਆਂ ਖਰੀਆਂ ਗੱਲਾਂ ਉਹਦੇ ਵਿੱਚ ਅੱਜ ਦਾ ਆਪਣਾ ਵਿਸ਼ਾ ਜਿਹੜਾ ਉਹ ਹੈ ਕਬੱਡੀ 'ਚ ਖੁਰਾਕ ਬਾਰੇ ਅਧੂਰੀ ਜਾਣਕਾਰੀ ਜਿਹੜੇ ਆਪਣੇ ਪਲੇਅਰ ਨੇ ਛੋਟੇ ਲੇਵਰ ਦੇ ਪਲੇਅਰ ਨੇ ਜਾਂ ਜਿਵੇਂ ਵੀ ਲਾ ਲਓ ਉਹਨਾਂ ਨੂੰ ਪ੍ਰੋਪਰ ਡਾਇਟ ਦਾ ਨਹੀਂ ਪਤਾ ਜਿਸ ਟਾਈਮ ਪੁਰਾਣੇ ਪਲੇਅਰ ਸੀਗੇ ਉਹ ਵਧੀਆ ਘਿਓ ਚੂਰੀ ਪਨੀਰ ਵਧੀਆ ਚੀਜ਼ਾਂ ਜਿਵੇਂ ਖੋਆ ਐਵੇਂ ਦੀਆਂ ਚੀਜ਼ਾਂ ਸਾਰੀਆਂ ਖਾਂਦੇ ਸੀਗੇ ਅੱਜ ਦੇ ਟਾਈਮ 'ਚ ਪਲੇਅਰ ਦੇਸੀ ਚੀਜ਼ਾਂ ਤੋਂ ਦੇਸੀ ਖੁਰਾਕਾਂ ਤੋਂ ਪਰਾਂ ਹੁੰਦਾ ਜਾ ਰਿਹਾ ਉਹਦੇ ਕਾਰਨ ਕੀ ਹੈ ਜਿਹੜੇ ਪਲੇਅਰਾਂ ਨੂੰ ਇੰਜਰੀਆਂ ਆਉਂਦੀਆਂ ਨੇ ਅੱਜ ਦੇ ਪਲੇਅਰ ਨਾ ਕੋਈ ਪ੍ਰੋਟੀਨ ਨਾ ਉਹਨਾਂ ਨੂੰ ਇਹ ਪਤਾ ਵੀ ਸਾਨੂੰ ਕਿੰਨਾ ਪ੍ਰੋਟੀਨ ਚਾਹੀਦਾ ਸਾਡੇ ਸਰੀਰ ਨੂੰ ਕਿੰਨੇ ਵਿਟਾਮਿਨ ਚਾਹੀਦੇ ਨੇ ਆਪਣੇ ਪੁਰਾਣੇ ਪਲੇਅਰ ਕਿੰਨਾ ਘਿਓ ਖਾਂਦੇ ਸੀ ਕਿੰਨੀ ਪੰਜੀਰੀ ਖੋਆ ਵਗੈਰਾ ਖਾਂਦੇ ਸੀ ਹੈ ਨਾ ਪਰ ਹੁਣ ਤਾਂ ਪਲੇਅਰ ਨਹੀਂ ਖਾਂਦਾ ਪਹਿਲਾਂ ਵਾਲੇ ਪਲੇਅਰ ਗਰਾਊਂਡ 'ਚ ਜਾ ਕੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਗੇਮ ਲਾਈ ਜਾਂਦੇ ਸੀ ਅੱਜ ਦਾ ਪਲੇਅਰ ਕੀ ਕਰਦਾ ਜਿੰਮ ਦਾ ਸ਼ੌਕੀਨ ਜ਼ਿਆਦਾ ਹੋ ਰਿਹਾ ਜਿੰਮ ਜਾਂਦਾ ਉਹ ਮਸਲ ਵਗੈਰਾ ਸਰੀਰ ਸੋਹਣਾ ਸਰੀਰ ਬਣਾਉਣ ਵਾਸਤੇ ਜਿਹੜੀ ਆਪਣੀ ਗੇਮ ਹੈ ਇਹ ਮਿੱਟੀ ਨਾਲ ਜੁੜੀ ਹੋਈ ਹੈ ਜਦੋਂ ਤੱਕ ਆਪਾਂ ਮਿੱਟੀ ਨਾਲ ਨਹੀਂ ਜੁੜਦੇ ਉਦੋਂ ਤੱਕ ਆਪਣੀ ਗੇਮ ਨੂੰ ਆਪਣੀ ਗੇਮ ਦਾ ਵਿਕਾਸ ਨਹੀਂ ਹੁੰਦਾ ਬਾਕੀ ਗੱਲ ਕੀ ਹੈ ਬਈ ਜਿਹੜੇ ਆਪਣੇ ਪਲੇਅਰ ਨੇ ਜਦੋਂ ਟੂਰਨਾਮੈਂਟ 'ਤੇ ਖੇਡਣ ਜਾਂਦੇ ਨੇ ਘਰੋਂ 12 ਵਜੇ ਵਗ ਜਾਂਦੇ ਨੇ ਨਾ ਇਹਨਾਂ ਦੀ ਕਿੱਟ 'ਚ ਰਗੜਾ ਹੁੰਦਾ ਨਾ ਦਲੀਆ ਹੁੰਦਾ ਨਾ ਕੋਈ ਫਲ ਫਰੂਟ ਹੁੰਦਾ ਬਸ ਜਾਂਦੇ ਨੇ ਖੇਡੇ ਆਉਂਦੇ ਨੇ ਰਾਤ ਨੂੰ 12-1 ਵਜੇ ਫੇਰ ਘਰ ਆਉਂਦੇ ਜਿਹੜੀ ਉਹ ਡਾਇਟ ਹੈ ਬੰਦਾ 12-13 ਘੰਟੇ ਕੁਛ ਖਾਂਦੇ ਨਹੀਂ ਉਹਦੇ ਨਾਲ ਸਰੀਰ ਕਮਜ਼ੋਰ ਹੋਣ ਲੱਗੇ ਉਹਦੇ ਨਾਲ ਕਮਜ਼ੋਰ ਹੋਣ ਕਰਕੇ ਸਰੀਰ 'ਚ ਹੋਰ ਕਮੀਆਂ ਪੇਸ਼ੀਆਂ ਆ ਜਾਂਦੀਆਂ ਨੇ ਕੱਲ੍ਹ ਨੂੰ ਫਿਰ ਖੇਡਣਾ ਹੁੰਦਾ ਫਿਰ ਸਰੀਰ 'ਚ ਕਿਵੇਂ ਆਉਂਦਾ ਫਿਰ ਉਹ ਪੂਰੀ ਪਰਫੋਰਮੈਂਸ ਨਹੀਂ ਦੇ ਸਕਦੇ ਦੂਜੀ ਗੱਲ ਬਈ ਕਬੱਡੀ ਨੂੰ ਮਾੜਾ ਕਹਿਣ ਵਾਲੇ ਬਹੁਤ ਨੇ ਪਰ ਕਬੱਡੀ ਦੇ ਸਿਰ ਤੋਂ ਬਹੁਤ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਬਹੁਤ ਕਬੱਡੀ ਨੇ ਲੋਕ ਤਗੜੇ ਕਰਤੇ ਬਹੁਤ ਘਰਾਂ ਦੀ ਗਰੀਬੀ ਚੱਕਦੀ ਪਰ ਬਾਈ ਜੀ ਬਹੁਤ ਘਰਾਂ ਦੀ ਗਰੀਬੀ ਚੱਕਣ ਦੇ ਨਾਲ ਬਹੁਤ ਪਲੇਅਰ ਵੀ ਜਿਹੜੇ ਖੇਡ ਕੇ ਵੀ ਘਰੋਂ ਅਤੇ ਇੰਜਰ ਹੋ ਕੇ ਵੀ ਬੈਠੇ ਨੇ ਜਿਨ੍ਹਾਂ ਦਾ ਹੁਣ ਕੋਈ ਰੁਜ਼ਗਾਰ ਦਾ ਕੋਈ ਸਾਧਨ ਵੀ ਨਹੀਂ ਉਹਨਾਂ ਨੂੰ ਆਪਣੀ ਨਵੀਂ ਜਨਰੇਸ਼ਨ ਕੀ ਅਤੇ ਆਪਣਾ ਲੋਕ ਵੀ ਨਹੀਂ ਜਾਣਦੇ ਬਹੁਤ ਤਗੜੇ ਖੇਡੇ ਹੋਏ ਬੰਦੇ ਨੇ ਫਿਰ ਵੀ ਉਹ ਐਂ ਰੁੜ ਗਏ ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਸਾਡੇ ਏਰੀਏ ਦਾ ਪਲੇਅਰ ਆ ਸਭ ਤੋਂ ਤਗੜਾ ਘਰਾਚੋਂ ਬਾਈ ਸੋਮਾ ਘਰਾਚੋਂ ਦਾ ਕਿੰਨਾ ਤਗੜਾ ਖੇਡਿਆ ਸਾਡੇ ਏਰੀਏ 'ਚ ਪੁੱਛ ਨਾ ਹੋਣ ਕਰਕੇ ਉਹ ਇੱਥੇ ਰਹਿ ਗਿਆ ਦੂਜੀ ਗੱਲ ਬਈ ਸਾਡੇ ਏਰੀਏ 'ਚ ਬਹੁਤ ਪਲੇਅਰ ਸੀਗੇ ਸੱਤੂ ਸੀ ਦਿਆਲਪੁਰੇ ਵਾਲਾ ਸੁਖਪਾਲ ਸੀ ਕੁਲਦਰੀਆਂ ਵਾਲਾ ਕਾਲੀ ਵਾਲੇ ਕਾਮ ਅਤੇ ਮਾਲਾ ਗੋਬਿੰਦਪੁਰੇ ਵਾਲਾ ਗੁਲਾਬ ਹੈ ਬੱਲਰਿਆਂ ਵਾਲਾ ਬਹੁਤ ਪਲੇਅਰ ਨੇ ਸਾਡੇ ਏਰੀਏ 'ਚ ਪ੍ਰਵੀਨ ਹੈ ਬੋਪਰ ਵਾਲਾ ਚਲੋ ਸ਼ਹਿਰੀ ਦੀ ਪਰਮਾਤਮਾ ਨੇ ਵਧੀਆ ਸੁਣ ਲਈ ਬੀਜੇ ਲੱਗ ਗਏ ਹੈ ਨਾ ਬਹੁਤ ਪਲੇਅਰ ਨੇ ਇਹ ਜਿਹੜੇ ਵਧੀਆ ਖੇਡੇ ਪਰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਿਆ ਅਤੇ ਸਾਡੇ ਏਰੀਏ ਦੀ ਇਹ ਵੀ ਘਾਟ ਹੈ ਸਾਡੇ ਏਰੀਏ ਦੇ ਹੋਰ ਬਹੁਤ ਪਲੇਅਰ ਨੇ ਜਿਨ੍ਹਾਂ ਨੂੰ ਬਹੁਤ ਤਗੜੇ ਤਗੜੇ ਸਨਮਾਨ ਹੋਣੇ ਚਾਹੀਦੇ ਅਤੇ ਬਹੁਤ ਤਗੜੇ ਖੇਡੇ ਨੇ ਜਿਵੇਂ ਕਾਜੂ ਹੈ ਬੱਬੂ ਹੈ ਚਨੇੜੀ ਹੈ ਲੱਖਾ ਡੰਡੋਲੀ ਹੈ ਬਹੁਤ ਬੰਦੇ ਨੇ ਜਿਹੜੇ ਬਹੁਤ ਤਗੜਾ ਖੇਡੇ ਸ਼ੀਰਾ ਕੋਟੜੇ ਵਾਲਾ ਨਿੱਕਾ ਖੇਡ ਵਾਲਾ ਉਹਨਾਂ ਨੂੰ ਬਣਦੇ ਸਨਮਾਨ ਨਹੀਂ ਮਿਲੇ ਹੈਗੇ ਬਹੁਤ ਪਲੇਅਰ ਨੇ ਜਿਹੜੇ ਪਿਛਲੇ ਸਾਲ ਤੋਂ 2 ਸਾਲਾਂ ਤੋਂ ਸੱਟ ਲਾ ਕੇ ਘਰ ਬੈਠੇ ਨੇ ਜਤਿੰਦਰ ਹੈ ਭੈਣੀ ਬਾਘਾ ਵਾਲਾ ਅਤੇ ਕਈ ਪਲੇਅਰ ਹੋਰ ਨੇਗੇ ਉਹ ਵੀ ਘਰ ਬੈਠੇ ਨੇ ਇਹਦੇ ਬਾਰੇ ਆਪਾਂ ਕਿਤੇ ਫਿਰ ਜਾਣਕਾਰੀ ਸਾਂਝੀ ਕਰਾਂਗੇ ਪਹਿਲਾਂ ਜਿਹੜੀ ਡਾਇਟ ਬਾਰੇ ਉਹਨਾਂ ਬਾਰੇ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਨੂੰ ਦੱਸਣੀ ਚਾਹੀਦੀ ਹੈ ਜਿੰਨਾ ਕੁ ਮੈਂ ਸਿੱਖਿਆ ਮੈਨੂੰ ਦੋ ਤਿੰਨ ਚਾਰ ਸਾਲਾਂ ਤੋਂ ਮੈਂ ਅਕੈਡਮੀ ਚਲਾ ਰਿਹਾ ਹਾਂ ਉਦੋਂ ਪਹਿਲਾਂ ਚਲੋ ਮੈਂ ਜਿਹਾ ਜਿਹਾ ਖੇਡਿਆ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਬਾਹਲੇ ਤਗੜੇ ਨਹੀਂ ਖੇਡੇ ਠੀਕ ਹੀ ਖੇਡਿਆ ਉਹਦੇ ਵਿੱਚ ਜਿਵੇਂ ਪਲੇਅਰਾਂ ਨੂੰ ਸੰਗਰਹਿਣੀ ਹੋ ਜਾਂਦੀ ਹੈ ਗਰਮੈਸ਼ ਭਰ ਜਾਂਦੀ ਹੈ ਪਲੇਅਰ ਡਾਇਟ ਨਹੀਂ ਪ੍ਰੋਪਰ ਲੈਂਦੇ ਭਿੱਜੇ ਹੋਏ ਛੋਲੇ ਨਹੀਂ ਖਾਂਦੇ ਹੈਗੇ ਕੋਈ ਦਾਲ ਨਹੀਂ ਖਾਂਦੇ ਭਿੱਜੀ ਹੋਈ ਪਨੀਰ ਨਹੀਂ ਖਾਂਦੇ ਕੱਚਾ ਸਾਰੇ ਪਲੇਅਰ ਚਾਹੁੰਦੇ ਨੇ ਵੀ ਅਸੀਂ ਮੰਜੇ 'ਤੇ ਪਈਏ ਪੈ ਕੇ ਐਵੇਂ ਤਗੜੇ ਹੋ ਜਾਈਏ ਐਵੇਂ ਨਹੀਂ ਤਗੜੇ ਹੋ ਜਾਂਦਾ ਖੁਰਾਕ ਖਾਣੀ ਪੈਂਦੀ ਹੈ ਘਰ ਦੀ ਖੁਰਾਕ ਖਾਓ ਚੂਰੀ ਖਾਓ ਹੋਰ ਚੀਜ਼ਾਂ ਬਹੁਤ ਨੇ ਖਾਣ ਵਾਸਤੇ ਉਦੋਂ ਬਾਅਦ ਅੱਜ ਦੀ ਨਵੀਂ ਜਨਰੇਸ਼ਨ ਕੀ ਹੈ ਆਦਰ ਸਤਿਕਾਰ ਘੱਟ ਗਿਆ ਪਹਿਲਾਂ ਵਾਲੇ ਪਲੇਅਰ ਕੀ ਸੀਗਾ ਕੋਈ ਵੀ ਬੰਦਾ ਮਿਲਦਾ ਸੀ ਉਹਦੇ ਪੈਰੀਂ ਹੱਥ ਲਾਉਂਦੇ ਸੀ ਉਹਦੀ
ਵਧੀਆ ਇੱਜ਼ਤ ਕਰਦੇ ਸੀ। ਅੱਜ ਵਾਲੇ ਪਤਾ ਨਹੀਂ ਕਿਹੜੀ ਕੋਚ ਹੋ ਰਹੇ ਨੇ ਅਤੇ ਭਰਾਵੋ ਇਹ ਵੀ ਘੱਟਦਾ ਜਾਂਦਾ। ਦੂਜੀ ਗੱਲ ਕੀ ਹੈ, ਜਦੋਂ ਤੱਕ ਪਲੇਅਰਾਂ ਨੂੰ ਪ੍ਰੋਪਰ ਸਰੀਰ ਬਾਰੇ ਜਾਣਕਾਰੀ ਨਹੀਂ ਹੋਊਗੀ, ਸਾਡੇ ਕੋਚਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਜਿੰਨੇ ਵੀ ਮੇਰੇ ਭਾਈ ਕੈਂਪ ਲਾਉਂਦੇ ਨੇ, ਪਲੇਅਰ ਨੂੰ ਉਹਦੇ ਟਾਰਗੇਟ ਬਾਰੇ ਜਾਗਰੂਕ ਕਰੋ, ਉਹਨੂੰ ਉਹਦੇ ਫਿਊਚਰ ਬਾਰੇ ਦੱਸੋ ਵੀ ਜੇ ਤੂੰ ਮਿਹਨਤ ਕਰੇਗਾ ਭਾਈ ਕਿਤੇ ਪਹੁੰਚੇਗਾ ਨਹੀਂ, ਉਰੀ ਧੱਕੇ ਖਾ ਕੇ ਰਹਿ ਜਾਏਗਾ। ਉਹਨੂੰ ਚੰਗੀ ਸਲਾਹ ਦਿਓ, ਉਹਦੇ ਪਰਿਵਾਰ ਬਾਰੇ, ਉਹਦੇ ਆਉਣ ਵਾਲੇ ਸਮੇਂ ਬਾਰੇ ਦੱਸੋ। ਕਈ ਪਲੇਅਰ ਨੇ ਜਿਨ੍ਹਾਂ ਨੂੰ ਦੱਸੋਗੇ ਸਮਝਣਗੇ ਅੱਗੇ ਵਧਣਗੇ, ਅਤੇ ਉਹਦੇ ਵਿੱਚ ਆਪਣਾ ਵੀ ਨਾਮ ਰੋਸ਼ਨ ਹੋਊਗਾ। ਆਪਣੇ 'ਤੇ ਬਦਨਾਮੀ ਦਾ ਠੱਪਾ ਲੱਗ ਰਿਹਾ, ਕਹਿੰਦੇ ਵੀ ਜਿਹੜੇ ਕੈਂਪ ਲਾਉਂਦੇ ਨੇ ਇਹ ਸਾਰੇ ਇੱਕ ਬਰਾਬਰੀ ਕਰ ਰੱਖੇ ਨੇ, ਕਹਿੰਦੇ ਵੀ ਜਿੰਨੇ ਵੀ ਇਹ ਕੈਂਪ ਲਾਉਂਦੇ ਨੇ ਇਹ ਸਮਾਨੇ ਦੀਆਂ ਦੁਕਾਨਾਂ 'ਤੇ। ਤੁਸੀਂ ਨੇ ਦੇਖਿਆ ਵੀ ਹੋਣਾ, ਸੁਣਿਆ ਵੀ ਹੋਣਾ, ਅਤੇ ਸਾਰਿਆਂ ਨੂੰ ਇੱਕੇ ਗੱਲ ਕਹੀ ਜਾਂਦੀ ਹੈ, ਭਰਾਵਾ ਜਿੰਨੇ ਵੀ ਜ਼ਿੰਦਗੀ 'ਚ ਦੁਨੀਆਂ 'ਚ ਬੰਦੇ ਨੇ, ਮਾੜੇ ਪਾਸੇ ਕਿਸੇ ਨੂੰ ਜਦੋਂ ਮਰਜ਼ੀ ਲੈ ਜਾਓ, ਚੰਗੇ ਪਾਸੇ ਲਿਜਾਣਾ ਬਹੁਤ ਔਖਾ ਹੈ। ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ ਵੀ ਇਹਨਾਂ ਸਾਰਿਆਂ ਨੂੰ ਜਿਹੜੇ ਨਵੇਂ ਮੁੰਡੇ ਕਬੱਡੀ ਖੇਡਣ ਲੱਗ ਰਹੇ ਨੂੰ ਚੰਗੇ ਪਾਸੇ ਲੈ ਕੇ ਜਾਓ, ਚੰਗੀ ਡਾਇਟ ਬਾਰੇ ਦੱਸੋ, ਚੰਗੀ ਮਿਹਨਤ ਕਰਾਓ ਇਹਨਾਂ ਨੂੰ। ਪਰਮਾਤਮਾ ਨੇ ਸਾਰਿਆਂ ਦੀਆਂ ਸੁਣੇ, ਤਰੱਕੀਆਂ ਬਖਸ਼ੇ ਇਹਨਾਂ ਨੂੰ। ਮੈਂ ਲੈਵ ਲੂਵ ਵੀਰੇ ਘੱਟੇ ਹੋਏ ਹਾਂ, ਆਪਣੇ ਪੇਜ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਸਤੇ ਬਣਾਇਆ, ਕੋਈ ਚੱਕਰ ਨਹੀਂ ਹੈਗਾ। ਕਿਤੇ ਫਿਰ ਮਿਲਾਂਗੇ, ਕਿਸੇ ਹੋਰ ਮੁੱਦੇ 'ਤੇ ਗੱਲ ਕਰਾਂਗੇ। ਬਸ ਇਹੀ ਬੇਨਤੀ ਹੈ, ਸਾਰੇ ਜਿਹੜੇ ਨੇ ਕੈਂਪ ਲਾ ਰੱਖੇ ਮੇਰੇ ਭਾਈਆਂ ਨੇ, ਜਾਂ ਲਾਉਣਗੇ ਅੱਗੇ, ਜਾਂ ਖੇਡਣਾ, ਜਾਂ ਖੇਡਣਾ ਖੇਡ ਖਣੀ ਆਉਣਾ ਚਾਹੁੰਦੇ ਨੇ, ਜਾਂ ਖੇਡਣੀ ਸਟਾਰਟ ਕਰ ਰੱਖੀਏ, ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਘਰ ਦੀ ਖੁਰਾਕ ਖਾਓ, ਜਿੰਨੀ ਵੀ ਖਾ ਸਕੋ, ਜਿੰਨੀ ਵੀ ਖਾ ਸਕੋ, ਚੂਰੀ ਖਾਇਆ ਕਰੋ। ਤੁਸੀਂ ਕਿਸੇ ਨੂੰ ਪੁੱਛ ਲਓ, ਕਹਿਣਗੇ ਬੈਠਕਾਂ ਮਾਰਨਾ ਨਹੀਂ ਕਰਦੇ। ਔਰ ਜਿੰਨੇ ਪਹਿਲਵਾਨ ਨੇ ਸਾਰੇ ਬੈਠਕਾਂ ਮਾਰ ਮਾਰ ਕੇ ਆਪਦੀ ਖੁਰਾਕ ਨੂੰ ਹਜ਼ਮ ਕਰਦੇ ਨੇ। ਆਪਣੇ ਕਬੱਡੀ ਵਾਲੇ ਕਹਿਣਗੇ ਬੈਠਕਾਂ ਨਹੀਂ ਮਾਰਿਆ ਕਰਦੇ, ਗੋਡੇ ਖਰਾਬ ਹੋ ਜਾਂਦੇ ਨੇ। ਜਦੋਂ ਬਈ ਦੇਸੀ ਮਿਹਨਤਾਂ ਹੁੰਦੀਆਂ ਸੀਗੀਆਂ, ਬਹੁਤ ਵਧੀਆ ਗੱਲ ਸੀਗੀ, ਹੁਣ ਵੀ ਮੈਂ ਤਾਂ ਦੇਸੀ ਮਿਹਨਤ ਬਾਰੇ ਧਿਆਨ ਦੇਣ ਵਾਸਤੇ ਕਹੂੰਗਾ। ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਕੋਈ ਆਪਣੀ ਜੀਵਨ 'ਚ ਗੱਲ ਧਾਰਨ ਕਰ ਲਿਓ, ਕੋਈ ਖੁਰਾਕ ਖਾ ਲਿਓ, ਦੇਸੀ ਖੁਰਾਕ ਖਾਓ, ਮਾੜੀਆਂ ਗੱਲਾਂ ਤੋਂ ਬਚੋ, ਕੌਡੀ ਨੂੰ ਬਦਨਾਮ ਨਾ ਕਰੋ। ਅਤੇ ਸਰਕਾਰ ਨੂੰ ਮੇਰੀ ਅਪੀਲ ਹੈ, ਹੁਣ ਇੱਕ ਟਿੱਕਟੋਕ ਬੰਦ ਹੋਈ ਤੀ, ਇੱਕ ਮਨੋਰੰਜਨ ਦੀ ਸਾਧਨ ਸੀਗਾ, ਉਹ ਕਿੰਨਾ ਰੌਲਾ ਪਿਆ, ਚੱਲ ਪਈ। ਹੋਰ ਮੇਰੀ ਸਰਕਾਰ ਨੂੰ ਅਪੀਲ ਹੈ ਵੀ ਤੁਸੀਂ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਰੱਖੋ ਜਿਹਦੇ ਨਾਲ ਟੂਰਨਾਮੈਂਟ ਚੱਲਣ ਦੇ ਸਾਰ ਬਣਨ। ਠੀਕ ਹੈ, ਅਜੇ ਤੱਕ ਪਲੇਅਰ ਉਲਝਣ ਦਾਣੇ 'ਚ ਨੇ ਵੀ ਪਤਾ ਨਹੀਂ ਚੱਲਣਗੇ, ਪਤਾ ਨਹੀਂ ਨਾ ਚੱਲਣਗੇ। ਦੂਜੀ ਗੱਲ ਇਹ ਹੈ ਬਈ, ਸਰਕਾਰ ਕੋਈ ਇਹੋ ਜਿਹਾ ਪਲੈਨ ਤਿਆਰ ਕਰੇ ਵੀ ਜਿਹੜੇ ਟੂਰਨਾਮੈਂਟ ਸਵੇਰੇ ਸ਼ਾ ਰਾਤ ਨੂੰ ਟਾਈਮ ਨਾਲ ਖਤਮ ਹੋ ਜਾਇਆ ਕਰਨ। ਸਰਕਾਰ ਕਰ ਸਕਦੀ ਹੈ, ਕੁਛ ਵੀ ਕਰ ਸਕਦੀ ਹੈ ਨਾ, ਸਰਕਾਰ ਦੇ ਹੱਥ 'ਤੇ। ਜਿਹੜਾ ਵੀ ਟੂਰਨਾਮੈਂਟ ਹੋਵੇ ਉਹ ਡੀ ਸੀ ਦੀ ਮਨਜ਼ੂਰੀ ਲੈ ਕੇ ਹੋਣਾ ਚਾਹੀਦਾ, ਡੀ ਸੀ ਟਾਈਮ ਦੇਵੇ ਵੀ 9 ਵਜੇ ਭਾਈ ਤੁਸੀਂ ਟੂਰਨਾਮੈਂਟ ਸਮਾਪਤ ਕਰ ਦੇਣਾ। ਜੇ ਕੋਈ ਐਂ ਕਹਿੰਦਾ, ਹੁਣ ਕੱਪ ਵੀ ਹੁੰਦੇ ਨੇ ਬਈ, 8 ਟੀਮਾਂ ਟਾਈਮ 'ਤੇ ਪਹੁੰਚਦੀਆਂ, ਸਾਰਾ ਕੁਛ ਦੇਖ ਟਾਈਮ 'ਤੇ ਹੁੰਦਾ। ਠੀਕ ਹੈ ਬਾਈ, ਧੰਨਵਾਦ। ਜਿਹੋ ਜਿਹੀਆਂ ਲੱਗੀਆਂ ਗੱਲਾਂ ਹੋਈਆਂ ਸ਼ੇਅਰ ਕਰਦੀ, ਜੇ ਨਾ ਲੱਗੀਆਂ ਆਪਣੇ ਪੇਜ 'ਤੇ ਪਈਆਂ ਨੇ, ਕੋਈ ਚੱਕਰ ਨਹੀਂ। ਰੱਬ ਰੱਖ।